ਪੁੱਛ ਲਈਏ ਬਣਾ ਕੀ ਕਹਿੰਦੀ ਹੈ। ਹੈਲੋ ਹੈਲੋ ਮਾਂ, ਸਤਿ ਸ਼੍ਰੀ ਅਕਾਲ ਮੰਮੀ। ਸਤਿ ਸ਼੍ਰੀ ਅਕਾਲ, ਠੀਕ ਹੋ ਪੁੱਤ? ਹਾਂ ਠੀਕ ਠਾਕ ਮੰਮੀ, ਵਧੀਆ। ਤੁਸੀਂ ਦੱਸੋ। ਮੈਂ ਤਾਂ ਇਹ ਕਹਿ ਸੀ ਤੈਨੂੰ। ਅੱਛਾ, ਉਹ ਗੱਗੂ ਨੂੰ ਛੁੱਟੀਆਂ ਮਿਲ ਗਈਆਂ ਵੀ ਅਸੀਂ ਤੇਰੇ ਕੋਲ ਆਵਾਂਗੇ 4 ਦਿਨ। ਅੱਛਾ, ਆ ਜਾਓ ਕੋਈ ਨਾ ਮੰਮੀ, ਕੋਈ ਗੱਲ ਨਹੀਂ, ਆ ਜਾਓ। ਚੰਗਾ ਠੀਕ ਆ, ਫਿਰ ਮੈਂ ਚੜਦੀ ਆ 11 ਨੂੰ ਵਾਸਤੇ। ਠੀਕ ਹੈ। ਗਦਾ ਦਾ ਕੰਮ ਨਹੀਂ ਕਰਦੀਆਂ ਮੇਰੇ ਮੰਮੀ ਹੋਰ ਆਉਣ ਜਾਂਦੇ ਨੇ, ਕਾਇਲ ਤਾਂ ਪੀਪੀ ਜਰੂਸ ਕੱਢਣ ਗਏ। ਤੇ ਉਹ ਸਮਝਾਉਣ ਲੱਗਾ ਤਾਂ ਦੇਖਦੀ ਆ ਇੱਧਰ ਦੇਖ ਤੁੰਨੀ ਜਾ ਕਿਆ ਕਰਦੀ ਦੇਖ ਲਓ। ਹੈਲੋ, ਕੀ ਕਰਦੇ ਤੁਸੀਂ? ਮੈਂ ਤਾਂ ਮਾਨਸਾ ਜਾਂਦਾ ਸੀ। ਤਾਂ ਮਾਨਸਾ ਜਾਓ, ਪਰ ਬਾਪੂ ਜੀ ਹੋਰ ਅੰਦਰ ਅੱਜ ਨੂੰ ਬੁਲਾਓ, ਮੇਰੇ ਨਾ ਮਾਂ ਆਉਣ ਵਾਲੀ ਹੈ 4 ਦਿਨ ਲਾਉਗੀ। ਹੂੰ, ਤੇ ਜਰੂਰ ਜਾਣਾ ਕਿ ਗੱਡੀ ਆਏ। ਚੁੱਕ ਕਰ ਜਾਣੇ ਬੜੇ ਗੱਲ ਕਰ ਲਓ ਉਹਨਾਂ ਨੂੰ ਬੁਲਾ ਕੇ, ਉਹਨੂੰ ਨਹੀਂ ਪਤਾ ਲੱਗਣਾ ਚਾਹੀਦਾ ਵੀ ਆਪਣੇ ਘਰੇ ਕਾਟੋ ਕੇ ਦੇਖ ਰਹੇ। ਚੱਲ ਕੋਈ ਨਹੀਂ, ਬੁਲਾ ਦਿੰਦਾ। ਠੀਕ ਹੋ? ਵਧੀਆ। ਸਤਿ ਸ਼੍ਰੀ ਅਕਾਲ ਮੰਮੀ। ਹਾਂ ਠੀਕ ਠਾਕ, ਵਧੀਆ। ਆ ਜਾਓ ਅੰਦਰ ਵਿੱਚ। ਪੇਪਰ ਦੇ ਹੋ ਗਏ, ਛੁੱਟੀ ਨਹੀਂ। 4 ਦਿਨ ਲਾ ਲਓ। ਚੱਲ ਆ ਦੋ। ਇੱਥੇ ਕਿਹੜੇ ਸਵਰਗ ਪਾਲਦੇ, ਇੱਥੇ ਵੀ ਕਾਟੋ ਪਏ ਸੀ। ਕੀ ਕਹਿੰਦੇ ਹੋ ਦੀਦੀ? ਨਾ ਮੈਂ ਤਾਂ ਕੁਛ ਨਹੀਂ ਕਹਿੰਦੀ, ਵਧੀਆ ਸਗੋਂ ਤੁਸੀਂ ਆ ਗਏ ਪਾਲਦੇ ਨਹੀਂ। ਮੰਮੀ ਦੀਦੀ ਕਿਵੇਂ ਬੁਝੇ ਬੁਝੇ ਜਿਹੇ ਲੱਗਦੇ ਆ? ਉਹ ਹੀ ਲੱਗਿਆ ਪੁੱਤ, ਤੈਨੂੰ ਇਹ ਹੋ ਜਾਂਦਾ ਗਾ ਖਾਸੇ ਟਾਈਮ ਮਗਰੋਂ ਦੇਖੀ। ਓ ਨੋ, ਆ ਲਓ ਮੰਮੀ। ਹੋਰ ਤਿਆਹੇ ਮਰ ਗਏ ਸੀ, ਮੈਨੂੰ ਆਖਿਆ ਕੁੜੇ ਪਾਣੀ ਹੀ ਲੈ ਆਉਣੇ ਸਗੋਂ, ਪਰ ਮੌਸਮ ਦਾ ਹੀ ਫਰਕ ਪੈ ਰਿਹਾ ਨਾ। ਹੋਰ ਲੱਗਦੀ ਪਾਣੀ, ਉਹ ਦੁਕਾਨ ਵਾਲ ਨੂੰ ਪੁੱਛਿਆ, ਉਹ ਕਹਿੰਦਾ 20 ਰੁਪਏ ਦੀ ਬੋਤਲ ਦੂੰ। ਮੈਂ ਕਹਾਂ 20 ਰੁਪਏ ਲੈਣ ਕੁੜੀ ਕੋਲ ਜਾ ਕੇ। ਹਲੋ ਮੰਮੀ, ਚਾਹ ਪੀ। ਮੈਨੂੰ ਤਾਂ ਘੱਟ ਹੀ ਬਾਕੀ ਨਹੀਂ ਹੁੰਦੀ, ਮੈਨੂੰ ਤਾਂ ਤਿਆਰ ਬਣ ਜਾਂਦਾ। ਹੋਰ ਸਾਰਾ ਪਰਿਵਾਰ ਠੀਕ ਆ ਤੇਰਾ? ਕੁੜੀ ਠੀਕ ਠਾਕ ਮੰਮੀ, ਸਾਰੇ ਠੀਕ ਨੇ। ਹੋਰ ਠੀਕ ਸੀ ਸਾਰੇ? ਬਹਿ ਜਾ ਪੁੱਤ। ਕੋਈ ਨਾ, ਮੈਂ ਆਉਣਾ ਮਰੇ ਜਾਇਆ। ਰਾਜੂ ਏ, ਉਹ ਰਾਜੂ ਕਿੱਧਰ ਗਿਆ? ਉਹ ਰਾਜੂ, ਰਾਜੂ, ਉਹ ਰਾਜੂ ਆਪੂ, ਉਹ ਕਿੱਧਰ ਗਿਆ? ਆ ਸੀ ਆ ਕੱਖਾ ਦਾ ਬੇੜਾ ਹੋਇਆ, ਲੈ ਪਾ ਕੇ ਰੱਖ ਲਈ। ਉਹ ਮੈਂ ਥੋੜੀ ਪੈਂਦੀ ਯਾਰ, ਉਹ ਯਾਰ ਪਾ ਯਾਰ, ਤੂੰ ਪਾ। ਨਾ ਨਾ, ਜਵਾਬ ਵੱਡੇ ਨੂੰ ਕਹਿ ਦੇ ਤੂੰ ਯਾਰ, ਕੋਈ ਨਹੀਂ ਵੱਡੇ ਦੇ ਤੜਕੇ ਪਾ। ਮੈਂ ਥੋੜੀ ਨਹੀਂ ਪੈਂਦੇ ਜੇ ਵੱਡੇ ਨੂੰ ਕਹਿ ਦੇ। ਪਾ ਪਾ ਪਾ, ਮੈਂ ਥੋੜੀ ਨਹੀਂ ਪੈਂਦੇ ਯਾਰ। ਨਾ ਮੈਂ ਥੋੜੀ ਨਹੀਂ ਪੈਂਦੇ ਪਾ 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 ਦੇ। ਨਹੀਂ ਨਹੀਂ, ਨਾ ਨਾ ਕਹਿੰਦੇ ਹੁੰਦੇ, ਉਹ ਵੱਡੇ ਨੂੰ ਕਹਿੰਦੇ ਯਾਰ। ਉਹ ਨਹੀਂ ਨਹੀਂ ਨਹੀਂ, ਪਾ ਪਾ ਦੇ ਪਾ ਦੇ, ਮੈਂ ਥੋੜੀ ਨਹੀਂ ਪੈਂਦੇ ਯਾਰ। ਪਾ ਦੇ ਕਹਿੰਦੇ ਯਾਰ, ਖੜੇ ਹੋ ਗਏ ਤੁਸੀਂ, ਮੈਂ ਥੋੜੀ ਨਹੀਂ ਪੈਂਦੇ ਕਰੋ, ਪਾ ਕੇ ਰਾ। ਆ ਜਾ ਬੁੜੇ, ਧੁੱਪ ਜਾ ਕੇ ਬੈਠ ਜਾ, ਆ ਜਾ ਬਾਹਰ। ਹੈ ਬੁਆ ਕੀ ਕੁੜੇ? ਸਤਿ ਸ਼੍ਰੀ ਅਕਾਲ ਮਾਸਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਠੀਕ ਹੈ ਭਾਈ ਸਾਰਾ ਪਰਿਵਾਰ? ਸਤਿ ਸ਼੍ਰੀ ਅਕਾਲ। ਤੁਸੀਂ ਪਰਿਵਾਰ ਤਾਂ ਠੀਕ ਠਾਕ ਆ ਜੀ, ਤੁਸੀਂ ਆ ਕੀ ਕਰਨ ਲੱਗੇ ਸੀ? ਇਹਦਾ ਭਾਈ ਗੋਡਾ ਦੁਖਦਾ ਸੀ, ਇਹ ਕਹਿੰਦਾ ਮੈਂ ਕਰਨੀ ਆ ਸੰਨੀ, ਮੈਂ ਕਰਨੀ ਹੈ। ਉਹ ਮਖਾ ਤੇਰਾ ਗੋਡਾ ਦੁਖਦਾ ਭਾਈ, ਮੈਂ ਕਰ ਦਿੰਦਾ। ਹਿੰਡ ਫੜਦਾ ਸੋਹਣਾ, ਮੈਂ ਕਰਨ ਆ, ਹਰੇਕ ਕੰਮ ਦੀ ਹਿੰਡ ਫੜਦਾ।
ਅਸਤਾ ਪਹਿਲਾਂ ਕੁਛ ਹੋਰ ਸਮਝ ਗਏ ਚੱਲ ਮੁੰਡੇ ਕਰ ਲੈਂਦੇ ਤੇਰੇ ਪਿਓ ਨੂੰ ਪਾ ਲੈਂਦੇ ਭਾਈ ਕਾ ਓ ਨੋ ਆ ਲੈ ਬਾਪੂ ਤੂੰ ਹੀ ਕਰਦੇ ਹੁਣ ਮੇਰਾ ਤਾਂ ਗੋਡਾ ਦੁਖਦਾ चाह बनानी ना चाह नहीं मैं पींदी भांडा वेला करके देनी चाह ना चाह नहीं पींदी पता मैं होर भी लड्डू खड़ा के कई घर दे के आने कम कर दिया तो बड़ा हो जाएगा कम लड्डू पे लड्डू खाने अल्लाह मासी दे के गई है पे आ की है ओए लड्डू ने पूरा पड़ा मैं नहीं दंदा पूरा पड़ा नहीं नहीं खाऊंगा पूरा मैं ही खाऊंगा ला इन्ने दिन में खाएगा तू मैं खाऊंगा तो भाई मेनू दे के गए है मैं ही खाऊंगा बड़ा दे ओरा मैं कि मैं दे दे तन्नू भाई मैं नहीं दंदा यार ਉਹ ਫੇਰ ਲੱਗ ਗਏ ਕੱਜ ਦੇ ਕੁੱਕੜਾ ਓਏ ਹਟ ਜੋਏ ਬਈ ਲੰਗਾ ਮੈਂ ਨਹੀਂ ਦਿੰਦਾ ਬਈ ਲਾ ਦੇ ਫੜਾ ਦੇ ਮੈਂ ਹੀ ਖਾਊਂਗਾ ਇਹ ਤਾਂ ਹੈ ਕਿੰਨੇ ਲੈ ਗਏ ਬੱਤੇ ਮੈਨੂੰ ਚੁਗਾ ਦੇ ਮੈਨੂੰ ਦਿੱਤੇ ਆ ਯਾਰ ਵਾਹ ਵਾਹ ਤੇਰੇ ਮਾਰਾ ਇਹਨਾਂ ਦੇ ਓਏ ਮੈਨੂੰ ਦੇ ਓ ਨੋ ਬਾਪੂ ਹਟ ਜਾ ਯਾਰ ਮੈਂ ਆ ਕੀ ਹੋ ਗਿਆ ਪੁੱਤ ਇਹ ਤਾਂ ਭਾਈ ਇਹਨਾਂ ਦਾ ਪਿਆਰ ਹੀ ਇਹਨਾਂ ਉਹ ਕਹਿੰਦਾ ਤੂੰ ਖਾ ਪਹਿਲਾਂ ਉਹ ਕਹਿੰਦਾ ਤੂੰ ਖਾ ਨਾ ਵੀ ਪਹਿਲਾਂ ਤੂੰ ਖਾ ਤੂੰ ਛੋਟਾ ਹੈਗਾ ਪਹਿਲਾਂ ਤੂੰ ਖਾ ਐ ਨਹੀਂ ਲੈ ਇੰਨਾ ਪਿਆਰ ਮੈਂ ਤਾਂ ਪਹਿਲੀ ਵਾਰ ਦੇਖਿਆ ਕਿਤੇ ਲਿਆ ਵੀ ਇੱਧਰ ਫੜਾ ਤੈਨੂੰ ਤਾਂ ਖਵਾਤਾ ਯਾਰ ਮੇਰੇ ਨਾਲ ਯਾਰ ਓ ਨੋ ਨਹੀਂ ਹੋਰ ਗਾਵੇ ਨਾ ਆਪਣੀ ਸੁਪਾਲ ਦਾ ਸਾਰਾ ਪਰਿਵਾਰ ਹੀ ਬਾਲਾ ਚੰਗਾ ਮਿਲ ਗਿਆ ਉਹ ਕਹਿੰਦਾ ਕਹਿੰਦਾ ਲੈ ਪਹਿਲਾਂ ਤੂੰ ਖਾ ਲਾ ਉਹ ਕਹਿੰਦਾ ਤੂੰ ਖਾ ਲੈ ਮੇਰੇ ਭਾਜੀ ਸੀ ਗਵਾਂਢੀਆਂ ਦੇ ਇੱਕ ਦੂਜੇ ਦੇ ਮੂੰਹ 'ਚ ਪਾਉਣ ਤੱਕ ਜਾਣੇ ਤਾਂ ਲੋੜਾ ਹੀ ਪਾਉਣ ਨੇ ਫਿਰ ਆਪਦੇ ਬਾਪੂ ਨੂੰ ਕਹਿੰਦਾ ਬਾਪੂ ਲੈ ਮੈਂ ਪਾਉਣਾ ਤਾਂ ਕਹਿੰਦਾ ਬਾਪੂ ਕਹਿੰਦਾ ਮੈਂ ਪਾਉਣਾ ਗਾ ਉਹਦੇ ਤਾਂ ਜੀ ਬਣਾ ਲੱਗਦਾ ਗਾ ਚਾਰ ਦਿਨ ਹੋ ਰਹੀ ਗਏ ਨੇ ਮੰਮੀ ਮੈਨੂੰ ਹੋਰ ਤੈਨੂੰ ਛੁੱਟੀ ਹੈਗੀ ਹੁਣ ਕਿਹੜਾ ਜਾਣ ਤੱਕ ਜੀਆਂਗਾ ਵੀ ਤੂੰ ਵਾਰ ਵਾਰ ਉੱਥੇ ਜਾਣਾ ਤੇ ਕਾਲਜ 'ਚ ਜਾਣਾ ਗਾ ਛੁੱਟੀ ਨੇ ਪਤਾ ਚਾਰ ਦਿਨ ਹੋਰ ਲੱਗ ਜਾਣਗੇ ਸੋਨੂੰ ਲੱਗਦਾ ਵਧੀਆ ਮੈਨੂੰ ਪਤਾ ਜਿਹੜੀ ਕੁੱਕੜਾਂ ਦਾ ਕੱਟਦੀ ਓ ਨੋ ਆ ਜਾ ਮੁੰਡੇ ਓਏ ਟੋਕਾ ਕਰਾ ਦਿਓ ਛੁੱਟੀਆਂ ਮਾਵਾ ਭੁੱਖੀਆਂ ਖੜੀਆਂ ਨੇ ਬਾਪੂ ਮੈਥੋਂ ਨਹੀਂ ਹੁੰਦਾ ਟੋਕਾ ਟੁਕਾ ਵੱਡੇ ਨੇ ਲਾਲਾ ਅੱਜ ਮੇਰੀ ਵਾਰੀ ਨਹੀਂ ਹੈਗੀ ਉਹ ਕਰ ਲਓ ਘਰ ਵਾਲ ਮਿਲ ਕੇ ਯਾਰ ਮੇਰੇ ਰਿਸ਼ਤੇਦਾਰ ਆ ਰਹੇ ਨੇ ਕਿਉਂ ਜਲੂਸ ਜਾ ਕੱਢਦੇ ਹੁੰਦੇ ਹੋ ਆਹ ਰਿਸ਼ਤੇਦਾਰ ਆਇਆ ਤੇਰੇ ਕੋਖਰ ਵਾਲੇ ਵਜ਼ੀਰੇ ਦੇ ਆਹ ਕਿਵੇਂ ਜੇ ਬੋਲਦਾ ਹੋਵੇ ਤੂੰ ਓ ਨੋ ਆ ਫਿਰ ਕੱਲ ਮੈਂ ਕੀਤਾ ਸੀ ਅੱਜ ਤੂੰ ਕਰਦੇ ਟੋਕਾ ਇਹ ਕੀ ਵਾਰੀਆਂ ਬੰਨੇ ਨਾਲ ਵਾਰੀਆਂ ਬੰਨੇ ਜਿਆਦਾ ਕਰ ਲੋ ਯਾਰ ਆਪ ਕੀ ਹੁੰਦਾ ਆਪ ਵੀ ਕਰ ਲਿਆ ਕਰ ਕੁਛ ਨਾ ਨਾ ਆਪ ਦਾ ਫੇਰ ਲੋ ਮੈਥੋਂ ਨਹੀਂ ਹੁੰਦਾ ਟੋਕਾ ਟੋਕਾ ਹਰੇਕ ਕੰਮ ਦੀ ਵਾਰੀਆਂ ਬੰਨੀ ਜਾਊਗਾ ਨਾ ਨਾ ਬਈ ਕਰ ਲੋ ਮੈਥੋਂ ਨਹੀਂ ਹੁੰਦਾ ਆਪ ਦਾ ਫੇਰ ਲੋ ਮਸ਼ੀਨ ਅੱਛਾ ਖਾਣ ਖਾਣ ਤੀ ਹੈ ਫਿਰ ਖਾਣ ਖਾਣ ਦਾ ਕਿਵੇਂ ਯਾਰ ਮੈਥੋਂ ਨਹੀਂ ਕਰੀਦਾ ਯਾਰ ਖਾਣ ਨਾ ਨਾ ਉਹ ਜੀ ਵਾਰੀਆਂ ਹਰੇਕ ਕੰਮ ਦੀ ਵਾਰੀ ਹੁੰਦਾ ਟੋਕਾ ਟੋਕਾ ਪਹਿਲਾਂ ਲਾੜੀ ਪਾਓ ਤੁਸੀਂ ਫੇਰ ਹੀ ਕਰ ਲਿਓ ਟੋਕਾ ਰੋਵਾ ਜਾ ਕਿੱਥੇ ਪਈ ਜਾਂਦਾ ਭਾਜੀ ਇਹ ਕੀ ਕਰਦੇ ਤੁਸੀਂ ਇਹ ਤਾਂ ਗੱਗੂ ਚੁੱਕ ਜੀ ਪੈ ਗਈ ਸੀ ਇਹਦੇ ਉਹ ਕੱਢੀ ਐ ਨਿਕਲ ਗਈ ਚੁੱਕ ਓਏ ਆਹੋ ਨਿਕਲ ਗਈ ਦੇਖ ਲੈ ਜੀ ਦੁਬਾਰੇ ਕੱਢ ਦੇ ਨਾ ਨਿਕਲ ਗਈ ਬਸ ਓ ਨੋ ਭਾਜੀ ਤੁਸੀਂ ਚੁੱਕ ਚੱਕ ਵੀ ਕੱਢ ਲੈਣਾ ਹਾਂ ਭਾਈ ਇਹ ਮੈਨੂੰ ਸਿਖਿਆ ਗਿਆ ਸੀ ਮੇਰੇ ਦਾਦਾ ਸਿਖਿਆ ਗਿਆ ਸੀ ਇੱਕ ਮੈਂ ਕੱਢ ਲੈਣਾ ਚੁੱਕ ਚੱਕ ਆਹ ਕੱਢਦਾ ਚੁੱਕਾ ਇਹ ਆ ਗਿਆ ਵੱਡਾ ਵਚਨ ਮੈਂਬਰ ਓ ਨੋ ਲੈ ਸਰਪਾਲ ਪੁੱਤ ਕੀ ਕਰਦੇ ਹੋ ਤੂੰ ਮੂਰਿਆ ਰੋਟੀ ਬਣਾ ਨਹੀਂ ਹੋਈ ਤਾਂ ਚੱਲ ਫਿਰ ਪਾ ਲਿਆ ਤੂੰ ਦੋ ਰੋਟੀਆਂ ਤੇਰੇ ਭਾਈ ਦਾ ਫੋਨ ਆਏਗਾ ਉਹ ਕਹਿੰਦਾ ਸੀ ਦਿੱਲੀ ਕਰਨੇ ਤੇ ਜਾਣਾਗਾ ਫਿਰ ਤਾਂ ਜਾਣਾ ਤੂੰ ਇਕੱਲੀ ਰਹਿ ਜਾ ਉਹਨੇ ਦੋ ਦਿਨ ਹੋਰ ਲਾ ਆਂਦੀਆਂ ਹਾਂ ਜੀ ਕਿਹੜਾ ਹੋਰ ਆ ਜਾਂਦਾ ਆ ਕੇ ਫਿਰ ਮੁੰਡਾ ਮਜਬੂਰੀ ਵਾਲਾ ਕੰਮ ਹੀ ਹੋ ਗਿਆ ਤੈਨੂੰ ਪਤਾ ਧਾਰਨੇ ਨਹੀਂ ਆਣਾ ਉਹ ਇਕੱਲੀ ਰਹਿ ਚੱਲ ਮੈਂ ਜਾਉਂਦੀ ਆ ਉਹਦੀ ਨਹੀਂ ਆਪਣੀ ਸੁਖਪਾਲ ਤਾਂ ਬਲਾ ਹੀ ਸੌਖੀ ਆ ਲੈ ਸੁਖਣਾ ਐਡੀ ਵੱਡੀ ਕੋਠੀ ਛੱਤ ਰੱਖੀ ਆ ਪਰਾਂ ਛੱਡ ਰੱਖਿਆ ਗਾ ਪਰਲਾ ਬਾਗਰ ਨੂੰ
सब्जी भाजी ला रखी है इन्नी जमीन बाली मौज मरती है का नहीं कोई तू मैं जी वाल नहीं है हे बाला ही मोह भरे वो इन्हें इदा नहीं कुड़े ता ही नहीं सुख बाल अपनी पेखी आँदी हैगी तो उरे स्वर्ग झूठे लेंदी है तो नज़ारे ने उरे ले सही गल है मम्मी बलाई जी लगता है ना इदा उन्होंने की लोड़ा उत्थे जान की लैके देखो मेरे स्वर्ग वाले झूठे बड़िया ने स्वर्ग दियाँ मैनू पता है मैं कि जमें कट दी गल सुन ला नहीं फोन ची बड़ी रो सुनी दे नहीं है मम्मी कितने सुन दिया इन्हें भी ठीक करे इन्हें चक्की रखूंगी सारा दिन oh, no! और मैं भी देखे है पाजी और इनसे तो बड़ा प्यार है सच्ची बहुत प्यार है बड़ा इंजी लगता उरे जे तेरा भाई ना आ जाता ना दिल्ली ने पता चार दिन होर ला जाते उरे बिच दी फोन आ गया हूं जाना बहुत कली रह जाऊगी फिर की करी मम्मी ने सुन मैं मोड़िया रह के देनी है चल मैं पट लियाऊंगी पुत तू काम कार कर लगता सी पट लियो नाले इधर सोडा बांध देख आवांगी चल ठीक है देख के जावे मैं रवाया ना पया होए बांध के ते कल कहंदे पानी लाऊंगा कोई गल नहीं मैं हां मैं काम कर दियां चलेंगे फिर आया कुड़ी पट के रही मूड़ी और शहर च ता मैं ही है ਦਵਿੰਦਰ ਰਬੜਾ ਦੇ ਯਾਰ ਵੱਢ ਲਓ ਯਾਰ ਮੈਥੋਂ ਨਹੀਂ ਵੱਢੀ ਦਾ ਹੈਗਾ ਉਹ ਵੱਢ ਲੈਗਾ ਯਾਰ ਮੈਂ ਤਾਂ ਮਾਨਸਾ ਤੋਂ ਆਇਆ ਕਿਉਂ ਹੁਕਰੇ ਮਾਰੀ ਜਾਂਦਾ ਵੜਾ ਦੇ ਯਾਰ ਨਾਲ ਨਾਲ ਵੜਾਉਣ ਨੂੰ ਦੱਸੇ ਦੋ ਤਾਂ ਪੰਡਾਂ ਵੱਢਣੀਆਂ ਆਪ ਹੀ ਆ ਦਾਤੀ ਵੱਢਣਾ ਵੱਢੋ ਮੈਥੋਂ ਨਹੀਂ ਵੱਢੀ ਦਾ ਓ ਨੋ ਭਈ ਚਾਹ ਨਹੀਂ ਪਾਣੀ ਨਹੀਂ ਪੀਤਾ ਹੈਗਾ ਫੇਰ ਪੀ ਲਈ ਪਹਿਲਾਂ ਹਰਾ ਵੱਢ ਲਾ ਆਪ ਹੀ ਆ ਦਾਤੀ ਮੈਥੋਂ ਨਹੀਂ ਵੱਢੀ ਵੁੱਢੀ ਦਾ ਹੈਗਾ ਮੈਂ ਕਿਹਾ ਵੱਢਾ ਮੇਰਾ ਤਾਂ ਗੋਡਾ ਦੁਖਦਾ ਹੈਗਾ ਇਹਦਾ ਤਾਂ ਦੁਖਦਾ ਹੀ ਰਹਿੰਦਾ ਕੁਛ ਨਾ ਕੁਛ ਯਾਰ ਮਾਨਸਾ ਜਾ ਆਇਆ ਬਸ ਠੀਕ ਹੈ ਅਤੇ ਆਪਦਾ ਹਰਾ ਵੱਢ ਮੈਂ ਤਾਂ ਆਹ ਬੈਠਾ ਹਾਂ ਠੀਕ ਹੈ ਨਾਲ ਚੁਕਾ ਕੇ ਲੈ ਜੂ ਮੈਂ ਵੱਢ ਲਾ ਵੱਢਣ ਦਾਤੀ ਮਾਰੂੰ ਚੱਕ ਕੇ ਮੈਂ ਉਹ ਦਾਤੀ ਕਿਵੇਂ ਮਾਰੇਗਾ ਤੂੰ ਵੱਢਣਾ ਵੱਢ ਲਾ ਹਰਾ ਮੈਂ ਤਾਂ ਜਾਣਾ ਨਹੀਂ ਮੈਂ ਨਾਲ ਚੁਕਾ ਦੂੰ ਤੇਰੇ ਨਾਲ ਚੁਕਾਉਣ ਨੂੰ ਦੋ ਤਾਂ ਭਰੀਆਂ ਨੇਗੀਆਂ ਫਿਰ ਬਈ ਵੱਢ ਲਾ ਯਾਰ ਮੈਂ ਤਾਂ ਆਹ ਬੈਠਾ ਉਰੇ ਮੇਰੇ ਤਾਂ ਗੋਡਾ ਦੁਖੀ ਜਾਂਦਾ ਗਾ ਮੰਮੀ ਇਹ ਕੀ ਹੋਈ ਜਾਂਦਾ ਤੇ ਆ ਜਾ ਪਰ ਦੇਖ ਕੇ ਬੜਾਉਣਾ ਹੁੰਦਾ ਤਨ ਤੋਂ ਛੱਡ ਦੇ ਉਹ ਦਵਿੰਦਰਾ ਮਾਸੀ ਹੋਰੀ ਆ ਗਏ ਓਏ ਓ ਨੋ ਆ ਕੀ ਕਰਦੇ ਇਸ ਪੁੱਤ ਵੇ ਇਹ ਤਾਂ ਇਹਦੇ ਗਰਦਨ ਦੀ ਨਾੜ ਜੀ ਚੜ ਗਈ ਪੰਡਾਂ ਵਾਲੀਆਂ ਵੱਡੀਆਂ ਚੱਕ ਲੈਂਦਾ ਓ ਨੋ ਕਹੇ ਦੋ ਗੇੜੇ ਲਾ ਲਿਆ ਕਰ ਕਿਹੜਾ ਦੂਰ ਹੈ ਪੰਡ ਵਾਲੀ ਵੱਡੀ ਪਾਉਂਦਾ ਧਾਰ ਨਾਲ ਤੇ ਚੜੀ ਆ ਦੂਰ ਚਲੇ ਹੋਰ ਨਹੀਂ ਤੇ ਖੇਤ ਹੈ ਦੱਸ ਵੀ ਦੋ ਗੇੜੇ ਲੱਗ ਜਾਣਗੇ पट लो ना मैं चलो पट ले मैं सब्जी सुब्जी दे देंगे ਦਵਿੰਦਰ ਨੇ ਬੋਲ ਮਾਤਾ ਕਹਿੰਦਾ ਆ ਗਈ ਬਸ ਲੈ ਹੁਣ ਤੂੰ ਸਾਨੂੰ ਬਾਹਰ ਤੱਕ ਛੱਡ ਦੇ ਚੱਲ ਵੀ ਵਧੀਆ ਜੀ ਲੱਗ ਰਿਹਾ ਤੀ ਪਿਆਰ ਦੇ ਨਾਲ ਨਹੀਂ ਤੁਸੀਂ ਹੋਰ ਰਹੇ ਦੋ ਦਿਨ ਨਾਲ ਜੀ ਨਾਲ ਆ ਜਾਂਦਾ ਹੋਰ ਬਾਹਰ ਖਾ ਲੈਂਦਾ ਲਾ ਜੋ ਮੰਮੀ ਬਸ ਆਉਣ ਵਾਲੀ ਹੈ ਫਿਰ ਚੰਗਾ ਮੰਮੀ ਫਿਰ ਖਾ ਚੰਗਾ ਠੀਕ ਹੈ ਹੁਣ ਤੁਸੀਂ ਵੀ ਆ ਕੇ ਮਿਲ ਜਾਓ ਨਾ ਆਵਾਂਗੇ ਕੋਈ ਨਾ ਚਲੋ ਚੰਗਾ ਮਾਸਾ ਜੀ ਸਤਿ ਸ਼੍ਰੀ ਅਕਾਲ ਤੁਸੀਂ ਮਾਰਿਓ ਗੇੜਾ ਕਦੇ ਲੁਧਿਆਣੇ ਲੁਧਿਆਣੇ ਤਾਂ ਭਾਈ ਕਦੇ ਐਂਬੂਲੈਂਸ 'ਚ ਹੀ ਆਵਾਂਗੇ ਹਾਂਜੀ ਦੋਸਤੋ ਤੁਹਾਨੂੰ ਇਹ ਵੀਡੀਓ ਕਿਹੋ ਜਿਹੀ ਲੱਗੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਸ਼ੇਅਰ ਵੱਧ ਤੋਂ ਵੱਧ ਕਰਿਆ ਕਰੋ ਸਾਨੂੰ ਤੁਹਾਡੀ ਸਪੋਰਟ ਦੀ ਬਹੁਤ ਜ਼ਰੂਰਤ ਹੈ ਥੈਂਕ ਯੂ ਧੰਨਵਾਦ